ਡੈਡੀ ਲਿਪਸਟਿਕ ਲਾਉਣੀ ਪਈ ਆ ਸਾਰਾ ਸਮਾਨ ਖਤਮ ਹੋਇਆ ਕੋਈ ਲਿਪਸਟਿਕ ਨਹੀਂ ਚੱਜਦੀ ਹੈਗੀ ਧਰਨਾ ਦੇ ਕੇ ਤੇ ਬੈਠੇ ਰਹਿੰਦੇ ਕੋਈ ਸਮਾਨ ਨਹੀਂ ਲੈ ਕੇ ਆਉਂਦੇ ਨਾ ਕੋਈ ਘਰ ਦਾ ਨਾ ਕੋਈ ਮੇਰਾ ਲੈ ਕੇ ਆਉਣਾ ਮੈਨੂੰ ਵੀ ਕੰਮ ਲਾ ਛੱਡ ਦੇ ਘਰ ਬੰਦਾ ਬਾਹਰ ਦਾ ਹੀ ਕੰਮ ਕਰ ਲੇ ਜਨਾਨੀਆਂ ਦੀ ਜਦੋਂ ਜ਼ਿਆਦਾ ਉਮਰ ਹੋ ਜਾਂਦੀ ਹੈ ਨਾ ਕਿਤੇ ਕੋਈ ਵੀ ਕੰਮ ਕਰਕੇ ਰਾਜ਼ੀ ਨਹੀਂ ਹੈਗੀਆਂ ਲੈ ਉਦਾਂ ਨਾਟਕਬਾਜ਼ੀ ਖੇਡਣੀ ਮੈਨੂੰ ਤੇ ਇਹ ਰਾਤ ਵੀ ਨੀਂਦ ਨਹੀਂ ਆਉਂਦੀ ਮੈਂ ਤੇ ਸਾਰੀ ਰਾਤ ਜਾਗਦੀ ਰਹਿੰਦੀ ਹਾਂ ਡੇਲੇ ਪੱਥਰ ਬਣ ਜਾਂਦੇ ਮੇਰੇ ਤੇ ਉੱਥੇ ਬੈਠੇ ਬੈਠੇ ਸੌਣ ਡਏ ਫਿਰ ਕਹਿ ਦੇਣਗੇ ਮੇਰੇ ਤਾਂ ਮੋਢੇ ਦੁਖਣ ਡਏ ਆ ਮੈਂ ਕੀ ਕਰਾਂ ਜਦੋਂ ਰਾਤ ਵੀ ਲੰਮੇ ਪਏ ਰਹਿਣਾ ਦਿਨੇ ਵੀ ਪਏ ਰਹਿਣਾ ਤੇ ਮੋਢੇ ਹੀ ਦੁਖਣੇ ਆ ਦੱਸ ਭਾਂਡੇ ਨਹੀਂ ਕਿਤੇ ਖਾ ਕੇ ਚੁੱਕੇ ਆ ਲੈ ਉਹ ਵੀ ਉੱਥੇ ਰੱਖੇ ਆ ਵੀ ਲੈ ਜੂਗੀ ਨਾ ਆ ਗਈ ਆ ਕਿ ਹੁਣ ਮੰਮੀ ਜੀ ਮੰਮੀ ਹਾਂ ਹਾਂ ਗੱਲ ਸੁਣੋ ਮੈਂ ਸਬਜ਼ੀ ਨੂੰ ਤੜਕਾ ਲਾਉਣਾ ਜਾ ਕੇ ਗੰਢੇ ਲਿਆ ਦੋ ਬੈਠੇ ਬੈਠੇ ਦੀ ਅੱਖ ਲੱਗ ਗਈ ਮੇਰੀ ਆਹ ਤੇ ਜਦੋਂ ਬੈਠੇ ਰਹਿਣਾ ਤੇ ਫਿਰ ਅੱਖਾਂ ਹੀ ਲੱਗਣੀਆਂ ਜਾਓ ਬੈਠਿਆਂ ਨੂੰ ਸੁਸਤੀ ਪੈਂਦੀ ਹੁੰਦੀ ਹੈ ਹੋ ਜਾਓ ਮੈਂ ਗੰਢੇ ਲਿਆਓ ਛੇਤੀ ਮੈਂ ਸਬਜ਼ੀ ਕੱਟਾਂ ਗਲੀ ਚ ਨਹੀਂ ਆਇਆ ਕੋਈ ਹੋਰ ਵੇਖ ਲੈ ਕੋਈ ਗਲੀ ਚ ਆਇਆ ਤਾਂ ਮੰਮੀ ਗਲੀ ਚ ਉਹਨੇ ਆਉਣਾ 7:30-8 ਮੈਂ ਉਹ ਸਬਜ਼ੀ ਬਣਾਉਣੀ ਆ ਹਨੇਰਾ ਹੋ ਜਾਂਦਾ ਮੁੜ ਕੇ ਅਕਸਰ ਆਟਾ ਗੁੰਨ ਕੇ ਫੁਲਕੇ ਵੀ ਲਾਉਣੇ ਹੁੰਦੇ ਆ ਜਾਓ ਜਾ ਕੇ ਗੰਢੇ ਲਿਆ ਕੇ ਲਾਓ ਚਲ ਘੁੱਟ ਕੇ ਚਾਹ ਪਿਆ ਦੇ ਮੈਨੂੰ ਪਹਿਲਾਂ ਫਿਰ ਮੈਂ ਜਾਂਦੀ ਆ ਮੰਮੀ ਜੀ ਚਾਹ ਮੈਂ ਬਣਾਉਣੀ ਆ ਉਹਨਾਂ ਚਿਰ ਜਾ ਕੇ ਤੇ ਗੰਢੇ ਲਿਆ ਜਾਓ ਹੋ ਜਾਊਗਾ ਕਦੋਂ ਚਾਹ ਬਣੀ ਤੇ ਕਦੋਂ ਪੀਤੀ ਤੇ ਕਦੋਂ ਗੰਢੇ ਆਏ ਜਾਓ ਮੈਂ ਧਰਦੀ ਚਾਹ ਜਾਓ 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 ਜਾਣਾ ਨੀ ਉਹ ਮੋੜ ਤੇ ਪੈਂਦਾ ਕਿੰਨੀ ਵਾਰੀ ਕਿਹਾ ਇਕੱਠੇ ਮੰਗਵਾ ਲਿਆ ਘਰ ਤੇ ਕਹਿ ਦਿੰਦੀ ਆ ਅਖੇ ਗਲ ਜਾਂਦੇ ਆ 2-2 ਕਿਲੋ ਕਰਕੇ ਚੀਜ਼ ਮੰਗਵਾਉਂਦੀ ਆ ਚੱਲ ਲੈ ਕੇ ਆਵਾਂ ਜਾ ਕੇ ਆਹ ਚੱਲੀ ਲਿਆ ਪੈਸੇ ਤੇ ਪੈਸੇ ਤੁਹਾਡੇ ਕੋਲ ਹੈਗੇ ਆ ਕੱਲ ਦੇ ਵਧੇ ਕੱਲ ਅਦਰਕ ਨਹੀਂ ਲਿਆਂਦਾ ਉਹ ਚੋਂ ਪੈਸੇ ਬਚੇ ਆ ਉਹ ਲੈ ਜਾਓ ਮੈਂ ਕਹਿੰਦੀ 5 ਕਿਲੋ ਲੈਣੀ ਤੂੰ ਹਮੇਸ਼ਾ ਕਰ ਮੈਨੂੰ ਕਰਨੀ 2-2 ਕਿਲੋ ਲਿਆਇਆ ਕਰੋ ਗਲ ਜਾਂਦੇ ਗਲ ਜਾਂਦੇ ਗਲ ਜਾਂਦੇ ਇੱਕ ਵਾਰੀ 5 ਕਿਲੋ ਲਿਆਂਦੇ ਉਹਦੇ ਮੁੱਕਦੇ ਨਹੀਂ ਹੈਗੇ ਓਹੋ ਹੁਣ ਜਿੰਨੇ ਪੈਸੇ ਵਧੇ ਉਹਨੇ ਕੇ ਲੈ ਆਓ ਮੁੜ ਕੇ ਵੇਖ ਲਾਂਗੇ 5 ਕਿਲੋ ਲਿਆਉਣੇ ਕਿ 10 ਕਿਲੋ ਲਿਆਉਣੇ ਆ ਜਾਓ ਦਵਾ ਦਵ 5 ਕਿਲੋ ਤੁਸੀਂ ਚਿਹਰਾ ਪਤਾ ਕਿੰਨਾ ਲੱਗ ਜਾਣਾ ਉੱਥੇ ਤੋਲਦਾ ਰਹੂਗਾ ਮੁੜ ਕੇ ਚੁੱਕ ਕੇ ਲਿਆਉਂਦੇ ਰਹੋਗੇ ਤੇ ਜਾਣਾ ਵੀ ਤੇ ਮੋੜ ਤੇ ਹੀ ਹੁਣ ਚੱਲੇ ਹੀ ਆ ਇੱਕ ਮਿੰਟ ਮੂੰਹ ਹੱਥੋਂ ਕੇ ਪੈਸੇ ਫੜ ਲਵਾਂ ਕੱਲ ਦੇ ਪੈਸੇ ਮੇਰੇ ਕੋਲ ਬਚੇ ਪਏ ਮੂੰਹ ਧੋ ਲਿਓ ਉੱਥੇ ਕਿਸੇ ਚੀਜ਼ 'ਚ ਨਾ ਵੱਜ ਜਿਓ ਹੋਰ ਪਾਲਕ ਤੇ ਬਣੀ ਪਈ ਆ ਗੰਢੇ ਹੱਥੋਂ ਤੜਕਾ ਨੀ ਲੱਗਾ ਹੈਗਾ ਤੇ ਮੰਮੀ ਗਏ ਆ ਗੰਢੇ ਲੈਣ ਹਾਂ ਰੋਜ਼ ਇਦਾਂ ਹੀ ਰੋਟੀ ਲੇਟ ਹੋ ਜਾਂਦੀ ਸੌ ਗਏ ਉੱਥੇ ਕਿੰਨਾ ਚਿਰ ਕਦੋਂ ਦੀ ਗੰਢੇ ਗੰਢੇ ਕਰਨ ਡਈ ਆ ਉਹ ਫਿਰ ਆਪਣੀ ਮੌਸਮ ਵੀ ਇਦਾਂ ਦਾ ਵਾ ਨਾ ਤੇ ਨੀਂਦ ਆ ਜਾਂਦੀ ਆ ਮੌਸਮ ਇਦਾਂ ਦਾ ਜਿਨ੍ਹਾਂ ਨੂੰ ਕੰਮ ਦੇ ਬੋਝ ਉਹਨਾਂ ਨੂੰ ਤਾਂ ਨਹੀਂ ਨੀਂਦਾਂ ਆਉਂਦੀਆਂ ਚਲੋ ਬਹਿ ਜਾਓ ਤੁਸੀਂ ਬਸ ਮੈਂ ਫੁਲਕਾ ਬਣਾ ਕੇ ਲਿਆਈ ਭੈਣ ਨੂੰ 2 ਮਿੰਟ ਨੀਂਦ ਆ ਗਈ ਤੇ ਫਿਰ ਇਹਨੇ ਕਹਿਣਾ ਭਾਬੀ ਸੁੱਤੀ ਰਹਿੰਦੀ ਹੈ ਮੌਸਮ ਉਹੋ ਜਿਹਾ ਵਾ ਭਾਬੀ ਜੀ ਕੁਛ ਕਿਹਾ ਕੋਈ ਨਹੀਂ ਨਹੀਂ ਦੀਦੀ ਕੁਛ ਨਹੀਂ ਕਿਹਾ ਮੈਂ ਹਾਂ ਬਹਿ ਜਾਓ ਅੱਲਾ ਫੜ ਲੈ ਦੇ ਅੱਲਾ ਫੜ ਗੰਢੇ ਲੈਂਦੇ ਆ ਲੈਂਦੇ ਮੰਮੀ ਹਾਂ ਮੰਮੀ ਤੇ ਕਦਰੇ ਫੜੋ ਹਾਂ ਦਵਾ ਦਵਾ ਕਟਾਓ ਨਾਲ ਤੜਕਾ ਲਾਉਣਾ ਰੋਟੀ ਅੱਗੇ ਲੇਟ ਹੋ ਗਈ ਆ ਦੀਦੀ ਵੀ ਮੰਗਣ ਡਏ ਮੰਮੀ ਤੁਸੀਂ ਜਾਓ ਬੈਠੋ ਜਾ ਕੇ ਮੈਂ ਅਦਰਕ ਕੱਟ ਦੇਣੀ ਆ ਭਾਬੀ ਮੈਂ ਕਰ ਦੇਣੀ ਤੁਹਾਡੇ ਨਾਲ ਭਾਬੀ ਲਿਆਓ ਪਲੇਟ ਕਿੱਥੇ ਹਾਂ ਇੱਥੋਂ ਵੇਖ ਲਓ ਦੀਦੀ ਪਲੇਟ ਮੈਂ ਵੇਖਾਂ ਰਹੀ ਹਾਂ ਬੱਚਾ ਹਾਏ ਰੱਬਾ ਹਰੀਆਂ ਮਿਰਚਾਂ ਵੀ ਨਹੀਂ ਹੈਗੀਆਂ ਮੈਨੂੰ ਤੇ ਚੇਤਾ ਹੀ ਨਹੀਂ ਆਇਆ ਕਹਿਣ ਦਾ ਮੰਮੀ ਨੇ ਕਿਹੜਾ ਆਪਣੇ ਆਪ ਦਿਮਾਗ ਕੰਮ ਕਰਨਾ ਸੀ ਮੰਮੀ ਜੀ ਭਾਬੀ ਤੁਸੀਂ ਹੱਦ ਕਰਦੇ ਜੀ ਤੁਸੀਂ ਬਿੱਲੇ ਨੂੰ ਚੈੱਕ ਕਰ ਲਿਆ ਕਰੋ ਹਾਂ ਕੀ ਹੈਗਾ ਫਰਿੱਜ ਕੀ ਨਹੀਂ ਹੈਗਾ ਫਿਰ ਉਹਨਾਂ ਦੀ ਕਿਹੜੀ ਉਮਰ ਹੈ ਇੰਨੀ ਕਿ ਉਹ ਨਿਆਣਿਆਂ ਵਾਂਗੂ ਹਰ ਚੀਜ਼ ਚੇਤਾ ਰੱਖ ਤੁਸੀਂ ਜਾਣਦਾ ਹੀ ਉਹ ਤੇ ਚੈੱਕ ਕਰ ਲੈਂਦੇ ਇੱਕ ਵਾਰੀ ਕੀ ਹੈਗਾ ਕੀ ਨਹੀਂ
हाँ मेरी उम्र है, हर चीज का चेता मैं ही रखना वा, हर एक काम का ख्याल मैं ही रखना वा। मम्मी का भी थोड़ा बहुत फर्ज बनता वा, सियाने आ बहुत नहीं तो सब्जी भाजी का ध्यान तो रख ही सकते हैं। न्याणिया वांगू कदू कही कदी कही तो गंढे लियाओ, कदी कही तो मिर्चा लियाओ, हम प्याज लैन गए तो दस अपने आप दिमाग नहीं है मिर्चा लैम। मम्मी जी गल सुन लो, इन्नी देर की आवाजा मारती पी आ। हां शम्मी। मम्मी तुम गंढे लैंदे आ ते हरिया मिर्चा का नहीं तुम चेता, वह भी लैन दे नाल, मैनू तो कहन दा याद भुल गया। पुत्र तू दस देना सी मैनू पता फ्रिज में कड़ी चीज हैगी कड़ी नहीं हैगी। जे मेनू चेता आंदा ते मैं दस ही देना ही, हुण मेरे नहीं दिमाग च आया ते तुहाडा अपना दिमाग है नहीं है कि होर केड़ी चीज नहीं हैगी, मैं ओह वी लै जां। मैं जे आखे गंढियां नाल ते हरियां मिर्चां पा दूंगा भाई, ओहो जिहा भाई जिहदे कोल जांदे जे तुसीं सब्जी लैण। हुण सर नहीं सकदा। नहीं मम्मी एक बनी हरी मिर्च हैगी। हुण वेला टमाटर हैगे कुछ नहीं हैगा, तुहाने दस ही मैनू घड़ी घड़ी नहीं जाया जांदा। तुहानूं पता ही है लाल मिर्चां आपां वरतदे नहीं, लाल हैगियां ते जे कहिंदे जे तां पा दिंदे, मैं नहीं आ फिर सब्जी खाणी। चल मैं लै के आउंदी। जाओ भज के ओहो हरिया मिर्चा लैके आओ 20 रुपए दी। अपने आप ही चेता होंदा इन्हां नूं, अद्धी रात अगे हुई सब्जी तड़का लाउणा वा, मुड़ के गल्लां मैनूं करन नहीं लगदा, सब्जी रोटी नहीं बनाई। फुलके तां ला के रख ले, बस मिर्चा पा के सब्जी च ते रोटी दे दूंगी सारिआं नूं। ਹੁਣੇ ਵੀ ਤਿਆ ਕਰਕੇ ਤਾਂ ਰਾਤ ਆਏ ਨੀ, ਮੰਮੀ ਬੜਾ ਹੀ ਸ਼ਰਮ ਲਾਤਾ ਵਾ। ਚੱਲ ਬਹਿ ਜਾਂਦੀ ਮੈਂ ਵੀ ਬੜੀ ਉੱਧਰ। ਮੰਮੀ ਜਾਓ ਹਲੋ ਬਹਿ ਜਾਓ, ਤੁਸੀਂ ਆ ਗਏ ਜੀ ਲੈ ਕੇ। ਆਹੋ पानी तो नहीं पिया लिया करो, पहले जाओ लिया दो पानी, तुम जाओ बैठो पानी लियानी। मम्मी थोड़ा सोच समझ लिया करो, पैसे खराब करके आ गए जे, किलो टमाटर अगे गंढे किलो तुम होर लिया के रखते आ, तुहानू पता भी है सब्जी अजे गाजरां मटर की पई शिमला मिर्च पई फ्रिज च, फिर गोभी चुक लिया जे तुसीं। मैं क्या सी अगे मैं गंढे लैण गई जी, तू क्या सी? मम्मी तुसीं वेख्या नहीं हैगा मिर्चा नहीं हैगियां। मैं कहा चल हुण मैं आई ते हैगी, घड़ी घड़ी नहीं आया जांदा, मैं नाले टमाटर ते नाले गोभी लैंदी। आया नहीं जांदा तुहाडे को, इन्ना कु तुरना ना सेहत लई चंगा हुंदा वा, नाले बंदे दी सैर हो जांदी आ, घरे ते तुसीं कोई काम नूं हत्थ लाउणा नहीं हुंदा। तूं पाणी इन्हां नूं पाणी रख दी फ्रिज च, हम मेनू चंगी तरह सामभनी पैनी सब्जी, खराब होगी ना तो इन्होंने मेनू गुस्से होना आ कि तुम पैसे वेस्ट कर दी। जो बंदा इतों चीज फड़ लिया कि चिर कित लगता वा, इको ही फाह फड़ता पी लो मम्मी पानी। हाँ वैसे का सुभा ही इस तरह काली पै जाती, ਉਦਾਂ ਮੇਰਾ ਚਾਹ ਪਾਣੀ ਦਾ ਹਰ ਚੀਜ਼ ਦਾ ਮੇਰਾ ਧਿਆਨ ਰੱਖਦੀ। ਮੰਮੀ ਵੇਖਣ ਹੀ ਰਹੀ ਹੈ ਕੱਲ ਪਰਸੋਂ ਦੀ, ਭਾਬੀ ਕਦੀ ਕੁਛ ਲਿਆ ਦੋ ਕਦੀ ਕੁਛ ਲਿਆ ਦੋ। ਕੋਈ ਗੱਲ ਪੈ ਜਾ ਤੂੰ, ਕੁਝ ਨਹੀਂ ਕਰਨੀ ਪੈ ਜਾ। ਹੁਣ ਤੂੰ ਅੱਜ ਚਲੀ ਜਾ। ਹਾਂ ਮੈਂ ਚੱਲ ਜਾਣਾ ਸ਼ਾਮ। ਪਹੁੰਚ ਕੇ ਤੇ ਫੋਨ ਕਰ ਦਿਆ ਕਰੀ, ਤੂੰ ਜਦੋਂ ਜਾਣੀ ਆ ਤਾਂ ਫੋਨ ਨਹੀਂ ਕਰਦੀ, ਮੈਨੂੰ ਪਿੱਛੋਂ ਫਿਕਰ ਲੱਗਾ ਰਹਿੰਦਾ। ਨਹੀਂ ਮੰਮੀ ਹੁਣ ਤੇ ਮੈਨੂੰ ਵੀ ਫਿਕਰ ਲੱਗਾ ਰਹਿਣਾ ਤੁਹਾਡਾ, ਮੈਂ ਫੋਨ ਕਰਿਆ ਕਰੂੰਗੀ ਜਾ ਕੇ। ਕਿਹੜੀ ਗੱਲ ਦਾ ਫਿਕਰ ਲੱਗਾ ਰਹਿਣਾ ਤੈਨੂੰ? ਫਿਕਰ ਹੀ ਹੁੰਦਾ ਮੰਮੀ ਜਦੋਂ ਮੈਨੂੰ ਭਾਬੀ ਇੱਦਾਂ ਕਰਦੀ ਆ ਤੁਹਾਡੇ ਨਾਲ। ਨਹੀਂ ਨਹੀਂ ਉਹ ਕੋਈ ਨਹੀਂ, ਮਾੜਾ ਮੋਟਾ ਗਰਮ ਬੋਲਦੀ ਆ, ਜ਼ਿਆਦਾ ਨਹੀਂ ਗਰਮ ਬੋਲਦੀ। ਪਹਿਲੇ ਮੈਂ ਵੀ ਇਹ ਸੋਚਦੀ ਸੀ ਕਿ ਭਾਬੀ ਚੱਲ ਕੋਈ ਨਹੀਂ ਮਾੜਾ ਮੋਟਾ ਉਹਨਾਂ ਦਾ ਸੁਭਾਅ ਹੈਗਾ ਵਾ, ਪਰ ਉਹ ਜ਼ਿਆਦਾ ਹੀ ਤੁਹਾਡੇ ਨਾਲ ਹੋਰ ਤਰ੍ਹਾਂ ਬਿਹੇਵ ਕਰਦੇ। ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਮੇਰੀ ਗੱਲ ਸੁਣ, ਮੈਨੂੰ ਕੱਪੜਾ ਧੋਤਾ ਦਿੰਦੀ ਆ, ਮੈਨੂੰ ਕੱਪੜਾ ਪ੍ਰੈਸ ਕਰਕੇ ਦਿੰਦੀ ਆ, ਮੇਰਾ ਸਿਰ ਬੰਨਦੀ ਆ, ਮੈਨੂੰ ਅੰਦਰ ਬੈਠੀ ਨੂੰ ਫਰੂਟ ਕੱਟ ਕੇ ਦਿੰਦੀ ਆ, ਹੋਰ ਕੀ ਹੁੰਦਾ? ਜੋ ਨੂੰਹਾਂ ਦੇ ਫਰਜ਼ ਹੁੰਦੇ ਉਹ ਸਾਰੇ ਫਰਜ਼ ਤੇ ਪੂਰੇ ਕਰਦੀ ਆ। ਇਹ ਜ਼ਰੂਰ ਆ ਕਿ ਮੈਨੂੰ ਬਾਜ਼ਾਰ ਬਹੁਤ ਭੇਜਦੀ ਆ। ਚੱਲ ਕੋਈ ਗੱਲ ਨਹੀਂ,
थक जानी हाँ मैं इन्नी क गल का गुस्सा नहीं करी दंदा जे मैं सारा कोई देन डई है तो मेरे वास्ते मामूली जी गल है। चाह पीनी बनवा दवा? नहीं मम्मी हुणे तो रोटी खाधी है चाह नहीं हजे पीनी। बनाउणी चाह मम्मी तो दसो मैं फिर लगी हाँ पोचे मारन। पोचे लगी मारन? नहीं मम्मी जी चाह नहीं पीनी। तो मेरी गल सुनो सही बनी सब्जी स्वाद लगी? हाँ बहुत स्वाद ही भाभी रोटी सब्जी बड़ी स्वाद ही एक पर जे पालक दी जड़ी बनाया तो ही साग हाँ। उसमें पनीर पै जांदा होर वधिया लगनी। पनीर हुण तैनूं पता ही आ घर ते है नहीं ते जे मैं मम्मी नूं कहिंदी ते मम्मी ने फिर कहना मेरे को तुरिया नहीं जांदा। चल जिथे मैं इन्ने काम कर दी जे मैनूं पनीर दा भी कहिंदी ओह भी औखी सौखी होके मैं लै ही आना सी। हुण मैनूं की पता मम्मी मैं तुहानूं कह दिंदी भी तुसीं औखे सौखे लै ही आउणी मैं ते आख्या भी आवां मूंह से वटणगे। कोई नहीं बड़ा स्वाद ही बहुत स्वाद ही उदां में। चलो ठीक है मैं पोचे लावां। एक तो काम वाली नहीं कोई लान दें कहती मैं नहीं लान देनी मैं आप ही काम करना लगी रही हौली हौली आप ही। मम्मी वो तो वधिया समा सफाई काम वाली तुहानू पता की सफाई कर दी नहीं नहीं लगी रही कपड़े मशीन च आंदी काम किन्ना के सारे कमां करा वाले कमां करा चल जाते कपड़े कभी मैं मशीन च पा दिनी आंदी नाल ही सफाई हो जाती है। नहीं काम कुम नू तो तेज ने नहीं ओड़ा हुंदा ही खड़े होके पोचा लाने वाला वाइपर नाल ला लैंदे आ ना ओदे नाल ला लैंदी पोचा ला लैंदी। चल ठीक है कोठे कपड़े पाए जा सुकने पा के आओ जाके भज के हो जाऊगा वो धुप्पे पाने कल पाए ही ना सुके नहीं है अज घड़ी को हुण पा दो मैं हुण कट्ठे कर लूंगी हो जाऊगा। चल तू बह मैं आई दो मिनट। मम्मी बैठो तुम मैं कपड़े पा के आई। मैं पा दे नहीं सुकने तू भी जाए। मम्मी बैठो मैं आई कपड़े पा के। अज तो तू पा देगी कपड़े सुकने कल परसों नूं कौन पाएगा वह भी तो मैं फिर ही पाने पैने है ना। मैनू कहती हौली हौली अगर पौड़ियां चढ़िया करो उठो उठो काम करिया करो। चल सगो जिहड़े घर दा काम करवाण वाला हुंदा ओह मेरे को करवांदी नहीं ते बाजार ही मैनूं तोर छड्डदी आ। मैं तां डरदी मुंडे नूं वी नहीं दसदी कि मुंडे नूं की कहां मैं कि मैनूं दुकानां ते भेजदी आ। चल जिसना चली जाती चलाई जानी हूँ तो इन्हों हथ वास जिस तरह सू रखे सू तो उस तरह रहना पैना। तुम किधर आए जो कपड़े पा के आन बी लो मैं मम्मी क्या ही कपड़े पा ली तुम कल गए पाई है मैं तहू तो पता नहीं अकली नहीं हैगी कोई आ की मतलब होया दीदी अकली नहीं हैगी कोई मैं मम्मी नूं कहा कि मम्मी कपड़े पा के आउण तुसीं पाउणे सी ते फिर मैं नहीं पा के आ सकदी। आ गई की होया मम्मी आ गई की होया मैं गुस्से च की होया मम्मी मैनूं तां समझ नहीं आउंदी तुहाडी तुसीं उहदे सिफतां दे फुल बांधे रहिंदे हो मैं कल परसों दी आ के वेखण डई आ कि उह तुहाडे ते रोह वी पौंदी रहिंदी हर गल दा। नहीं नहीं रोब तो नहीं कोई पाती मेरे ते मम्मी रोब ही होंगे वा कभी मम्मी आ कर लो कभी मम्मी कपड़े पाओ कभी मम्मी बाजार उदा बंदा चलो बह के कोई काम है मम्मी आ कर दो गल वखरी आल हुई भाभी की मैं तो भाभी की समझ ही नहीं आती कभी तक मैं लगता वा कि बहुत वधिया ने बहुत करते हैं कभी मैं ऐ लगता वा जिम्मे पता नहीं कि रोब चल पाते रहते नहीं नहीं इस तरह की गल नहीं मैं तेन अगे भी कहा वो बहुत वधिया थोड़ी जी गई अद्धा पोचा लग गया अद्धा हजे लाने वाला वा फरनैल लिया के दो मेनू उठो हद कर दू क्यों दीदी
अपने घर के काम करने नहीं सहन करना किसी से जेड़ी चीज खत्म हुई लैके नहीं आनी उन्होंने मैं किधर किधर हो जा भाभी एक बार स्लिप नहीं लिखी जाती सारा समान उस लिखो तुम मिनट मिनट उन्होंने गंढे लिया दे प्याज लिया दे आलू लिया दे सब्जी कट देन कुछ होर कई काम है जो बैठे बैठे कर दे तुम भजा ही रेंदे भजा ही रेंदे मेरे सामने तो यहाँ कुछ करने मगरों की कर दे होगे मम्मी मेंटर मेरी नौ मेरे ना इदा कर दी मेरी नौ मेरे कपड़े लीड़े धो के दिंदी प्रेस किते दिंदी फ्रूट्स दिंदी आ कर दी ओ कर दी दीदी जे मैं एक दिन भी उन्होंने फ्रूट नहीं कट के खवाया तो फिर दसो तुसी जे मैं एक दिन भी उन्होंने माड़ी रोटी दी तो फिर दसो तो भाभी मैं उही तो कह रही हूँ जे कपड़ा लीड़ा नहीं तो फिर मिलदा तो तां दसो हुण बाहर ते जेड़े च समान लैन जाना तो बस जाना वा इन्हां नहीं जाना कर दी ना मैं वीरे ने पापा ना भी गल आखी पखंड बनाया दीदी बहुता गर्म होने की लोड़ नहीं है तुम कुछ पता भी है मैं इदा मम्मी नाल क्यों कर दी की पता क्यों कर दी की होया मैं मम्मी नाल इदा ता कर दी कि मम्मी दे गोडे खराब है गए डॉक्टर ने मैनू पर्दे ना दस्या ही कि इन्हां नू रोज दी सैर दो तीन टाइम कराओगे ते इन्हां दे गोडे चलने है नहीं ते ऑपरेशन करना पैना मैं अपनी मां नू मंजे ते नहीं पाउणा वड्डे तुसी हेज ले आ गए जिन्नी तुहाडी मां वा ना उन्नी ओ मेरी भी मां वा ओनू कुछ हो गया ना सामभणी मैनू पैणी आ तुसी ने सामभणा उथों आण के जो ओहदा सोखिया ओह मैनू सोखिया मैनू पता वा मेरे वास्ते ओह की आ तुसी अपनी सस दा ख्याल करो हुण जाके उत्थे शम्मी तू मैनू दस्सिया कि नहीं पुत्तर कि डॉक्टर नूं इस तरह कहा मम्मी जे मैं तुहानू दसदी ना भी डॉक्टर ने इदा कहा वा तुसी जिन्ने लापरवाह हैगे जे ना तुसी एक टाइम भी सैर नहीं करनी एक गल का मैनू पता वा तुसी मेरे नाल नाराज नहीं हो सकते तुसी मेरे नाल इन्ना प्यार करदे हो ते कलेश तो डरदे हो कि घर च कलेश ना पावे इस करके मैं तुहाडे च रोह पाउनी ही कि मम्मी आह चीज लै आओ ओह चीज लै आओ तुसी कलेश तो डरदे जांदे जांदे जे इहदे च मम्मी तुहाडा ही भला वा ते मेरा भी भला वा कि मेरी मां दे गोडे गिटे चलदे रहन नाले तुसी की कहंदे ही वीरे नूं दसना वा वीरा भी मेरे नाल ही आ मैं उन्होंने आप ही कहा ही कि मम्मी नू दस्यो ना मम्मी टेंशन लैणगे मैनू कहंदे तू बड़ी सियाणी आ अपने हिसाब नाल हैंडल कर ली मम्मी नू ते मेरी मां नू नहीं कुछ होना चाहिदा तुसी की समझदे जे मैं उन्हां दी दोखी आ मैनू ओह सही नहीं लगदे भाभी वीरे उन्हां नू पता वा सारा हां सारा कुछ पता है तेरे पापा नूं भी पता हाँ जी मम्मी पापा नूं भी पता वा सारिआं नूं पता सी पर मैं ही सारिआं नूं समझाया ही कि आपां इदां कर लईए देखो मम्मी जे आपां तुहानूं उदां कहिंदे वी डॉक्टर ने तुहानूं दिन च दो वारी सैर दसी आ ते तुसीं नहीं करनी मैनूं इन्ना ते तुहाडा पता वा हाँ भाभी इह गल ते तुहाडी बिलकुल ठीक आ वेखो दीदी जे इह बैड ते बहि जांदे आ ते फिर उठदे ही नहीं आ घर दा काम कोई नहीं करदे हैगे मैं थोड़ा थोड़ा इन्हां नूं कहिंदी रही आं पहले कि थोड़ा थोड़ा मम्मी घर का काम करिया करो मेरे नाल पर ये कहंदे मेरे को नहीं हुंदा चल मैं इन्हां नूं बहुता फोर्स नहीं कीता कि चल मना सारी उम्र उन्होंने कीता ही आ हुण नौ आ गई आ ते उहदे सिर ते ऐश लैण पर जद डॉक्टर ने मैनूं इन्नी गल दसी
कि ये तुरदे फिरदे नहीं हैगे, इन्हां दे गोडे खराब हो जाने आ। फिर मैं इन्हां दे अगर ध्यान करना शुरू कर दिता, ताड़े की दिल च है ताड़ा वीर ते मैं ही महीने का सोता नहीं सुट सकते। आपां इक वारी सब्जी नहीं लिया सकते हफ्ते दी, दस दिन दी। असीं जो कुछ करदे आ ना इन्हां दी भलाई लई करदे आ। जिन्ना माँ प्यो ताड़ा है ना उन्हां दीदी हुण साडा वी आ, साडा सगों ज्यादा वा। सॉरी भाभी, मैं भी सोचदी हाँ कि भाभी इदा दी है ते नहीं है, पर की गल आ इदा क्यों करदी है, पर मैनू ये नहीं पता। मैनू पता है लापरवाह है, इन्हां नूं मैं कहा ना कि तुहाडे गोडिया करके मैं तुहानूं भेजण दी, और रहण दे मैनू कुछ नहीं होया, मेरे गोडे किटे कहम हैगे आ। आहो चंगी भली आ मैं। वाकई शर्मी मैं इतना ही कहना सी तैनूं, मैं दसा जदों मैं बाजार जाना ना तू मैनूं दिहाड़े दे पंज पंज चक्कर मरवाने ना बाजार दे, ते मैनूं खिज आउंदी हुंदी सी। ਇਹ ਤਾਂ ਮੈਨੂੰ ਬਹੁਤ ਚੰਗੀ ਤਰ੍ਹਾਂ ਸਾਂਭਦੇ ਆ, ਮੇਰੀ ਹਰ ਚੀਜ਼ ਦਾ ਧਿਆਨ ਰੱਖਦੇ ਆ, ਪਰ ਇਸ ਕਾ ਇਹ ਕਾਹਦਾ ਧਿਆਨ ਰੱਖਣਾ ਕਿ ਜਿਹੜਿਆਂ ਨੂੰ ਮੇਰੇ 'ਤੇ ਮਾਸਾ ਤਰਸ ਵੀ ਨਹੀਂ ਆਉਂਦਾ। ਜੇ ਦਹੀਂ ਵੀ ਲੈਣਾ ਹੋਊਗਾ ਸਾਹਮਣੇ ਦੁਕਾਨ ਹੈ ਮੈਨੂੰ, ਕਿਉਂਕਿ ਉੱਠੋ ਜਾ ਕੇ ਦਹੀਂ ਫੜ ਕੇ ਲੈ ਕੇ ਆ, ਪਨੀਰ ਫੜ ਕੇ ਲੈ ਕੇ ਆਓ। ਮੰਮੀ ਆਹ ਤਾਂ ਦੁਕਾਨ ਆ, ਅਤੇ ਜੇ ਤੁਸੀਂ ਦੋ ਤਿੰਨ ਗੇੜੇ ਜਾਂਦੇ ਵੀ ਹੋ, ਮਸਾਂ ਤੁਹਾਡੀ ਇਹ ਤਿੰਨ ਚਾਰ ਗੇੜੇ ਮਾਰਦੇ ਇੱਕ ਕਿਲੋਮੀਟਰ ਹੁੰਦਾ ਵਾ, ਜਦਕਿ ਡਾਕਟਰ ਨੇ ਤੁਹਾਨੂੰ 2 ਕਿਲੋਮੀਟਰ ਸੈਰ ਕਹੀ ਜੇ। ਸ਼ਮੀ ਮੈਂ ਤਾਂ ਤੁਹਾਨੂੰ ਬਾਰ ਬਾਰ ਲਾਗੇ ਲਾਗੇ ਭੇਜਦੀ ਸੀ, ਪਰ ਮੈਨੂੰ ਇਹ ਨਹੀਂ ਸੀ ਪਤਾ ਇਹ ਦੁਕਾਨ ਤੇ ਫੇਰੇ ਬਾਜ਼ਾਰ ਜਾਣਾ ਤੂੰ ਮੇਰੇ ਭਲੇ ਵਾਸਤੇ ਕਹਿੰਦੀ ਸੀ। ਮੰਮੀ ਤੁਸੀਂ ਸੋਚ ਵੀ ਕਿੱਦਾਂ ਲਿਆ ਕਿ ਮੈਂ ਤੁਹਾਡਾ ਬੁਰਾ ਚਾਹੂੰਗੀ ਕਦੀ, ਤੁਹਾਨੂੰ ਇੰਨਾ ਤੇ ਮਾਣ ਹੋਣਾ ਚਾਹੀਦਾ ਨਾ ਆਪਣੀ ਧੀ ਤੇ। ਮੈਨੂੰ ਦਿਲ ਤੇ ਬਹੁਤ ਮਾਣ ਹੈ ਭਾਬੀ, ਮੈਨੂੰ ਵੀ ਮਾਫ ਕਰ ਦਿਓ, ਮੈਂ ਵੀ ਤੁਹਾਨੂੰ ਬਹੁਤ ਗਲਤ ਸਮਝਿਆ। ਕੋਈ ਗੱਲ ਨਹੀਂ ਦੀਦੀ, ਇਹਦੇ ਚ ਕਿਹੜੀ ਗੱਲ ਆ, ਤੁਹਾਡੀ ਮਾਂ ਸੀ ਤੁਹਾਨੂੰ ਗੁੱਸਾ ਤੇ ਆਉਣਾ ਹੀ, ਜੋ ਕੁਛ ਤੁਸੀਂ ਵੇਖਿਆ ਦੀਦੀ ਭਲਾਈ ਵਾਸਤੇ ਸਭ ਕੁਛ ਕਰਦੇ ਰਹੇ, ਮੈਂ ਤੁਹਾਨੂੰ ਬੜਾ ਬੁਰਾ ਭਲਾ ਕਹਿੰਦੀ ਰਹੀ। ਕੋਈ ਗੱਲ ਨੀ ਦੀਦੀ, ਤੁਹਾਡੀ ਥਾਂ ਕੋਈ ਵੀ ਹੁੰਦਾ, ਤੇ ਆਹ ਕੁਛ ਵੇਖਦੇ ਉਹਨੇ ਮੈਨੂੰ ਇਹੀ ਕਹਿਣਾ ਸੀ ਵੀ ਤੁਸੀਂ ਗਲਤ ਕਰਨ ਦੇ ਹੋ, ਪਰ ਮੈਨੂੰ ਪਤਾ ਸੀ ਕਿ ਮੈਂ ਆਪਣੀ ਜਗ੍ਹਾ ਸਹੀ ਹੈਗੀ ਹਾਂ। ਪਰ ਹੁਣ ਮੈਂ ਬਾਜ਼ਾਰ ਦੇ ਸਾਰੇ ਕੰਮ ਆਪ ਹੀ ਕਰਿਆ ਕਰਨੇ ਜੀ, ਤੁਹਾਨੂੰ ਮੈਂ ਦੱਸਾਂ। ਹਾਂ ਮੰਮੀ, ਤੁਹਾਡੇ ਵਾਸਤੇ ਸਿਹਤ ਲਈ ਠੀਕ ਹੈ। ਅਦਰਕ ਲਿਆ ਕੇ ਰੱਖੋਗੇ ਉਸੇ ਵੇਲੇ ਹਰੀਆਂ ਮਿਰਚਾਂ ਲੈਣ ਜਾਣੀਆਂ, ਹਰੀਆਂ ਮਿਰਚਾਂ ਲਿਆ ਕੇ ਰੱਖੋਗੇ ਉਸ ਵੇਲੇ ਗੰਡੇ ਲੈਣ ਜਾਣੇ, ਗੰਡੇ ਲਿਆ ਕੇ ਰੱਖੋਗੇ ਉਸ ਵੇਲੇ ਸਰਫ ਲੈਣ ਜਾਣੀ, ਠੀਕ ਹੈ? ਠੀਕ ਹੈ, ਸਾਰਾ ਕੰਮ ਮੈਂ ਹੀ ਕਰੂੰਗੀ, ਪਾਣੀ ਪੀ ਲੈਣਾ ਤੇ ਫੇਰ ਤੁਰ ਪੈਣਾ। ਔਰ ਇੱਕ ਗੱਲ ਦੱਸਾਂ, ਹੁਣ ਤਾਂ ਜੇ ਸਮਾਂ ਚੱਲ ਪਿਆ ਜੇ ਘਰ 'ਚ ਰਾਸ਼ਨ ਇਕੱਠਾ ਰੱਖਣ ਦਾ, ਪਹਿਲਾਂ ਵਾਕਈ ਇੱਕ ਇੱਕ ਚੀਜ਼ ਲੈਣ ਦੁਕਾਨਾਂ ਤੇ ਜਾਈਦਾ। ਸਭ ਕੀ ਕਰੀਏ ਲੈ ਆਉਣੀ, ਆਮ ਘਰਾਂ 'ਚ ਹਜੇ ਵੀ ਇਦਾਂ ਹੀ ਕਰਦੇ ਆ, ਮਿੰਟ ਮਿੰਟ ਤੇ ਕੋਈ ਚੀਜ਼ ਮੁੱਕੀ, ਆਹ ਲੈ ਉਹ ਲੈ। ਉਹ ਵਧੀਆ ਗੱਲ 'ਚ ਵੈਸੇ, ਭਾਵੇਂ ਥੋੜੇ ਕਦਮ ਹੀ ਚੱਲੀ ਦੇ, ਪਰ ਚੱਲੀ ਦਾ ਤਾਂ ਨਹੀਂ। ਪਰ ਯਾਰ ਜੇ ਰਾਤ ਮੁੱਕ ਜੇ ਬੰਦਾ ਕਿੱਦਾਂ ਜਾਵੇ, ਨਹੀਂ ਜੇ ਕਮਾਣ ਤਾਂ ਮੰਗੇ ਤੇ ਗਵਾਣ ਮੁੱਕੇ ਦੂਣਾ ਲਿਆ ਕੇ ਜਾਂ ਖਲਾਸੀ ਕਰਦਾ ਜੇ, ਜੇ ਕਕੋਲੀ ਕੇ ਕੋ ਮੰਗੋ ਅਗਲਾ ਕਹਿੰਦਾ ਦੋ ਹੁਣ ਦੇ, ਨਹੀਂ ਉਹ ਪਹਿਲਾਂ ਇੰਤਜ਼ਾਮ ਕਰਕੇ ਰੱਖ ਲੈਂਦੇ ਹੁੰਦੇ ਸੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਛੋਟੀ ਜਿਹੀ ਇੱਕ ਸਟੋਰੀ ਤਿਆਰ ਕੀਤੀ ਆ ਤੇ ਵੇਖ ਕੇ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਆ। ਆਂਟੀ ਜੀ ਹੁਣਾਂ ਦਾ ਰੋਲ ਕਿੱਦਾਂ ਦਾ ਲੱਗਾ, ਮੇਰਾ ਰੋਲ ਕਿੱਦਾਂ ਦਾ ਲੱਗਾ, ਤੇ ਵਿਮਲਜੀਤ ਕੌਰ ਦਾ ਰੋਲ ਕਿੱਦਾਂ ਦਾ ਲੱਗਾ। ਵੈਸੇ ਮੈਨੂੰ ਪਤਾ ਵੀ ਚਲੋ ਆਪਾਂ ਸਿੱਧੀਆਂ ਮਾਰਦੇ ਹਾਂ, ਤੇ ਤੁਹਾਨੂੰ ਪਤਾ ਚੰਗੀ ਗੱਲ ਹੁੰਦੀ ਆ ਜਿਹੜੇ ਬੰਦੇ ਦੇ ਦਿਲ ਚ ਕੋਈ ਨੀ ਹੁੰਦਾ ਸਿੱਧੀਆਂ ਮਾਰਦਾ ਹੁੰਦਾ ਵਾ, ਤੇ ਚਲੋ ਵਧੀਆ ਗੱਲ ਆ ਕਿ ਨਹੀਂ। ਚਲੋ ਕੋਈ ਗੱਲ ਨੀ, ਠੀਕ ਕੱਲ ਫੇਰ ਮਿਲਦੇ ਆ। ਅੱਜ ਪਤਾ ਨੀ ਮੈਨੂੰ ਹਾਸਾ ਹੀ ਆਈ ਜਾਂ ਡਿਆ ਸਟੋਰੀ ਤਿਆਰ ਕਰਦੇ ਆ, ਸਮਝ ਨੀ ਲੱਗਣ ਦੀ ਸ਼ਦੈਨ ਜਦੂਨ ਹੋ ਗਈ। ਪਹਿਲਾਂ ਤਾਂ ਸ਼ਦੈਨ ਨੇ ਪੋਚਾ ਹੀ ਫੜਿਆ ਹੋਇਆ, ਪਹਿਲਾਂ ਮੈਂ ਨਾ ਵਾਈਪਰ ਲੈ ਕੇ ਪੋਚਾ ਮਾਰਿਆ, ਤੇ ਮੈਨੂੰ ਇੰਨਾ ਮਜ਼ਾ ਆਇਆ ਨਾ ਵੀ ਮੈਂ ਤੁਹਾਨੂੰ ਕੀ ਦੱਸਾਂ ਸਫਾਈ ਕਰਨ ਦਾ, ਪਰ ਇਹ ਹੀ ਵੀ ਲੀਰ ਸੁੱਕੀ ਸੀ, ਤੇ ਜਦੋਂ ਨੂੰਹਾਂ ਭੇਜਦੇ ਆ ਲਾਗੇ ਬੰਨੇ ਵਾਲੇ ਜਾਂ ਮਤਲਬ ਧੀਆਂ ਉਹਨਾਂ ਦੀ ਇਹ ਗੱਲ ਕਹਿੰਦੇ ਆ ਕਿ ਸਾਡੀ ਮਾਂ ਨੂੰ ਬਾਜ਼ਾਰ ਹੀ ਤੋੜ ਛੱਡਦੀ ਹੈ, ਲੇਕਿਨ ਇਹਦੇ ਵਿੱਚ ਵੀ ਕੋਈ ਰੀਜ਼ਨ ਹੈਗਾ ਜੋ ਉਹਨਾਂ ਨੂੰ ਲੱਗਦਾ ਹੈ ਕਿ ਨੂੰਹਾਂ ਤੰਗ ਕਰਦੀਆਂ ਬਾਰ ਬਾਰ, ਪਰ ਹੋ ਸਕਦਾ ਚਲੋ ਕਿਤੇ ਕਿਤੇ ਨੂੰਹਾਂ ਤੰਗ ਵੀ ਕਰਦੀਆਂ, ਮੈਂ ਨੀ ਕਹਿੰਦੀ ਸਾਰੀਆਂ ਚੰਗੀਆਂ ਨੇ, ਪਰ ਕਈ ਵਿਚਾਰੀਆਂ ਚੰਗੀਆਂ ਵੀ ਹੁੰਦੀਆਂ ਉਹਨਾਂ ਦੇ ਕਰਕੇ ਵੀ ਉਹਨਾਂ ਨੂੰ ਭੇਜਦੀਆਂ। ਹਮੇਸ਼ਾ ਬੰਦਾ ਗਲਤ ਹੀ ਨਹੀਂ ਹੁੰਦਾ, ਉਹਦੇ ਵਿੱਚ ਕੁਛ ਹੋਰ ਰੀਜ਼ਨ ਵੀ ਹੋ ਸਕਦਾ। ਇਹ ਰੀਜ਼ਨ ਸੀ, ਹਾਂ ਇੱਕ ਰੀਜ਼ਨ ਸੀ ਜਿਹਦੇ ਕਰਕੇ ਉਹ ਭੇਜਦੀ ਸੀ। ਸਾਡੀ ਮੰਮੀ ਦੇ ਤਾਂ ਗੋਡੇ ਖਰਾਬ ਸੀ, ਆਪਾਂ ਤੇ ਤਾਂ ਭੇਜਦੇ ਸੀ, ਆਪਾਂ ਨੀ ਓਦਾਂ ਕਦੀ ਆਪਣੇ ਪਾਸੇ ਬਾਹਰ ਜਾਂਦੇ। ਠੀਕ ਹੈ ਜੀ, ਆਪਾਂ ਤੇ ਆਪਣੀ ਜਗ੍ਹਾ ਠੀਕ ਆ, ਹੁਣ ਮੈਨੂੰ ਬਾਕੀਆਂ ਦਾ ਪਤਾ ਨਹੀਂ। ਬਾਕੀ ਸਾਡੀਆਂ ਸਟੋਰੀਆਂ ਵੱਧ ਤੋਂ ਵੱਧ ਵੇਖਿਆ ਕਰੋ, ਸ਼ੇਅਰ ਕਰਿਆ ਕਰੋ, ਸਬਸਕ੍ਰਾਈਬ ਕਰਿਆ ਕਰੋ, ਲਾਈਕ ਕਰਿਆ ਕਰੋ। ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਸਬਸਕ੍ਰਾਈਬ ਕਰੋ ਨਵੀਆਂ ਨਵੀਆਂ ਵੀਡੀਓ ਵੇਖਣ ਲਈ। ਥੈਂਕ ਯੂ ਸੋ ਮਚ ਸਾਰਿਆਂ ਦਾ। ਮੰਮੀ ਜੇ ਆਪਾਂ ਤੁਹਾਨੂੰ ਕਹਿੰਦੇ ਕਿ ਡਾਕਟਰ ਨੇ ਤੁਹਾਨੂੰ 2 ਵਾਰੀ ਸੈਰ ਦੱਸੀ ਹੈ ਦਿਹਾੜੀ 'ਚ, ਤੇ ਤੁਸੀਂ ਕਦੀ ਵੀ ਨਹੀਂ ਕਰਨੀ ਸੀ,
ਤੁਸੀਂ ਤੇ ਬੈੱਡ ਤੇ ਬਹਿ ਜਾਂਦੇ ਜੇ ਤੇ ਮੁੜ ਕੇ ਹਿੱਲਣਦਾ ਨਾ ਨਹੀਂ ਲੈਂਦੇ ਮੈਂ ਗਿੱਲੀ ਕਰ ਲਿਆ ਲੀਰ ਨਹੀਂ ਆ ਮੇਰੀਆਂ ਸਿੱਟਾਂ चलो एक चिट्ठी वाटर कट लो मैं सीन की वेट कर।